ਹਰ ਦੇਸ਼ ਨੂੰ ਚਲਾਉਂਦੀ ਹੈ ਉਹਦੀ ਰਾਜਨੀਤੀ, ਅਤੇ ਸਭ ਤੋਂ ਵੱਡਾ ਰਾਜਾ ਹੁੰਦਾ ਹੈ ਪ੍ਰਧਾਨ ਮੰਤਰੀ। ਪਰ ਮੇਰੇ ਪਿੰਡ ਦੇ ਲੋਕਾਂ ਨੂੰ ਲੱਗਦਾ ਹੈ ਉਹ ਪ੍ਰਧਾਨ ਮੰਤਰੀ ਬਣਨਾ ਸੌਖਾ ਵਾ, ਸਰਪੰਚ ਬਣਨਾ ਬਹੁਤ ਔਖਾ। ਕੈਨੇਡਾ ਚੱਲਿਆ ਮੈਂ, ਮੈਨੂੰ ਇੱਕ ਵਾਰੀ ਜਾ ਕੇ PR ਹੋ ਲੈਣ ਦੇ, ਮੈਂ ਜਾ ਕੇ ਸਾਰੇ ਟੱਬਰ ਨੂੰ ਉੱਥੇ ਬੁਲਾ ਲੈਣਾ। ਹਾਂ ਸਰਦਾਰ ਜੀ, ਜਾਈਏ ਉਹ ਆਪੇ ਲੋਕਾਂ ਦੇਸ ਹੈ, ਇਹ ਹਮ ਸੰਭਾਲ ਲੈਗਾ। ਹਾਂ ਦੇਖਦਾ ਸੁਣਗਾ। ਓ ਨਵਾਂ ਨਵਾਂ ਸ਼ੋਰ ਹਜੇ ਆਇਆ ਕਹਿੰਦੇ ਲੈਣ ਚ, ਜਿਹੜਾ ਆਪਣਾ ਜ਼ਮੀਨ ਦਾ ਮਸਲਾ ਨਾ, ਉਹ ਇੱਕ ਸਾਂਝਾ ਬੰਦਾ ਚੁਣ ਕੇ ਆਪਾਂ ਹੱਲ ਕਰ ਸਕਦੇ ਹਾਂ, ਨਹੀਂ ਤਾਂ ਕਾਰਪੋਰੇਟਰ ਨੇ ਆਪਣੀ ਜ਼ਮੀਨ ਦੱਬ ਲੈਣੀ ਹੈ। ਸਰਬਸੰਮਤੀ ਆਪਾਂ ਨੇ ਮੱਖਣ ਦੇ ਨਾਂ ਦੀ ਬਣਾ ਦੇਣੀ। ਪਿੰਡ ਚ ਨਾ ਪਾਰਟੀਬਾਜ਼ੀ ਨਹੀਂ ਹੋਣੀ ਚਾਹੀਦੀ, ਬੰਦਾ ਪਿੰਡ ਦਾ ਸਾਂਝਾ ਹੋਵੇ। ਕਿਹਨੂੰ ਵੋਟ ਪਾਈਏ ਕਿਹਨੂੰ ਨਾ ਪਾਈਏ, ਸਾਰੇ ਤਾਂ ਆਪਣੇ ਨੇ, ਪਤਾ ਇਹਨਾਂ ਕੰਮਾਂ ਚ ਪੈਂਦੇ ਨਹੀਂ, ਲੋਕਾਂ ਤੋਂ ਗਾਲਾਂ ਨੇ ਇਹਨਾਂ ਕੰਮਾਂ ਚ। ਸਾਰਾ ਪਿੰਡ ਮੇਹਰ ਸਿੰਘ ਅੱਗੇ ਇਉਂ ਮੱਥੇ ਟੇਕਦਾ ਜਿਵੇਂ ਮੁੰਡੇ ਦੇਣ ਵਾਲਾ ਬਾਬਾ ਹੋਵੇ। ਚਾਲ ਬਾਜ਼ਾਂ ਨੂੰ ਜ਼ੋਰ ਨਾਲ ਨਹੀਂ ਅਕਲ ਨਾਲ ਮਾਰਨਾ ਪੈਂਦਾ। ਪਤਾ ਨਹੀਂ ਮੈਂ ਚੰਗਾ ਕੀਤਾ ਪਤਾ ਨਹੀਂ ਮਾੜਾ, ਪਰ ਜੇ ਕੋਈ ਆਪਣੇ ਪਰਿਵਾਰ ਨੂੰ ਮਾੜਾ ਬੋਲੇ ਨਾ, ਮੈਂ ਸੁਣ ਨਹੀਂ ਸਕਦਾ। ਸਰਪੰਚ ਹੀ ਚਾਹੀਦੀ ਸੀ ਸਾਡੇ ਨਾਲ ਗੱਲ ਕਰਦਾ। ਤੈਨੂੰ ਇਹਨਾਂ ਗੱਲਾਂ ਬਾਰੇ ਕੁਝ ਨਹੀਂ ਪਤਾ, ਇਹ ਬਹੁਤ ਔਖਾ ਕੰਮ ਹੈ। ਚੰਗਾ ਭਲਾ ਕੈਨੇਡਾ ਜਾਂਦਾ ਜਾਂਦਾ ਖੂਹ ਚ ਡਿੱਗ ਗਿਆ। ਭੱਜਿਆਂ ਨੂੰ ਤਾਂ ਦਰਗਾਹ ਚ ਵੀ ਢੋਈ ਨਹੀਂ ਮਿਲਦੀ। ਚਾਹੀਦਾ ਬੰਦਾ ਖੜਾ ਕਰ ਲੋ ਯਾਰ, ਉਹਨੂੰ ਤਾਂ ਇਹ ਨੀ ਪਤਾ ਪਿੰਡ ਨੂੰ ਠਾਣਾ ਕਿਹੜਾ ਲੱਗਦਾ। ਜੇ ਇਹਨੂੰ ਸਰਪੰਚ ਮੰਨ ਲਿਆ ਨਾ, ਤੇ ਕੰਮ ਕਰਾਉਣ ਲਈ ਵੀਜ਼ੇ ਲਵਾਉਣੇ ਪੈਣਗੇ। ਸਰਪੰਚ ਕੇ ਵੋਟ ਮੇ ਬਹੁਤੇ ਕੁਛ ਬਟਨੇ ਵਾਲਾ ਹੈ, ਗਾੜੀ ਪੈਸਾ ਦਾਰੂ ਸਭ ਬਟੇਗਾ। ਜਿੱਥੇ ਬੰਤ ਕਹੂ ਉੱਥੇ ਵੋਟ ਪਊ, ਜਿੱਥੇ ਮੱਖਣ ਕਹੂ ਉੱਥੇ ਵੋਟ ਪਊ। ਅਸੀਂ ਨਾ ਸ਼ਰਾਬ ਪਲਾ ਕੇ ਵੋਟਾਂ ਨਹੀਂ ਲੈਣੀਆਂ, ਹਰ ਇੱਕ ਬੰਦਾ ਵਕਾਊ ਨਹੀਂ, ਜੇ ਕੋਈ ਵਕਾਊ ਵੀ ਹੈ ਨਾ ਅਸੀਂ ਤਾਂ ਵੀ ਨਹੀਂ ਖਰੀਦਣਾ। ਮੁੰਡੇ ਦਾ ਹੌਸਲਾ ਜ਼ਿਆਦਾ ਨਹੀਂ ਵਧ ਗਿਆ, ਜਿਹੜੇ ਆਪਾਂ ਸੁਪਨੇ ਦੇਖੇ ਸੀ ਆਪਾਂ ਉਹਨਾਂ ਵੱਲ ਤੁਰਨਾ ਸੀ, ਹੁਣ ਤੂੰ ਸਰਪੰਚ ਬਣ ਕੇ ਕੈਨੇਡਾ ਜਾਏਗਾ, ਉਹ ਕਿਵੇਂ ਫਤਿਹ ਕਰ ਲੇਗਾ ਦੱਸ ਮੈਨੂੰ, ਕਿਵੇਂ ਕਰੇਗਾ ਫਤਿਹ। ਜਿਉਂਦੇ ਜੀ ਤਾਂ ਰਹੂਗੀ ਪਰ ਗੱਲ ਦਿਲ ਨੂੰ ਲਾ ਗਿਆ, ਚੱਕ ਚ ਆ ਗਿਆ। ਗੱਲ ਚੱਕ ਦੀ ਨਹੀਂ, ਗੱਲ ਪਰਿਵਾਰ ਦੀ ਹੈ, ਤੇ ਜਦੋਂ ਗੱਲ ਪਰਿਵਾਰ ਤੇ ਆ ਜਾਵੇ ਨਾ, ਫਿਰ ਗੱਲ ਦੀ ਪਰਵਾਹ ਨਹੀਂ ਕਰੀਦੀ। ਚੰਗਾ ਫਿਰ ਭੱਜੀ ਨਾ। ਭੱਜਦਾ ਨਹੀਂ, ਭਜਾਊਂਗਾ। ਭਾਈ ਖਾਲੀ ਹੱਥ ਨਾਲ ਜੰਗ ਜਿੱਤਦੇ ਦੇਖੇ ਨੀ ਕਦੇ, ਜਦੋਂ ਸਾਹਮਣੇ ਵੱਡੇ ਵੱਡੇ ਹਥਿਆਰ ਹੋਣ। ਛੋਟੇ ਵੀਰ ਤੈਨੂੰ ਫਿਰ ਆਪਣੇ ਇਤਿਹਾਸ ਦਾ ਨੀ ਪਤਾ, ਇਸ ਧਰਤੀ ਤੇ ਜੰਮੇ ਹੋਏ ਯੋਧਿਆਂ ਨੇ ਨਾ ਅਫਗਾਨ ਫਤਿਹ ਕੀਤਾ, ਇਹ ਤਾਂ ਫਿਰ ਆਪਣਾ ਪਿੰਡ ਹੈ, ਆਪਣੇ ਲੋਕ ਨੇ। ਹੱਥ ਖੜਾ ਕਰਕੇ ਜਵਾਬ ਦਿੰਦੇ ਨਾ, ਜਿਹੜੇ ਜਿਹੜੇ ਪਾਉਂਦੀ ਆ ਸਵਾਰ ਜ਼ਿੰਦਗੀ। ਚੌਪਾਲ ਦਾ ਬਿਗੇਸਟ ਪੰਜਾਬੀ OTT ਐਪ, ਸਬਸਕ੍ਰਾਈਬ ਨਾਓ।